Thank you.
ਵਾਹਿਗੁਰੂ ਵਾਹਿਗੁਰੂ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ ਜੋ ਕਿ ਸੰਧਿਆ ਵੇਲੇ ਤੋਂ ਸਤਿਗੁਰ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਨਾਮ ਬਾਣੀ ਨਾਲ ਜੁੜੇ ਹੋ ਕਥਾ ਵਿਚਾਰ ਸਰਵਣ ਕਰ ਰਹੇ ਸੀ। ਬਾਕੀ ਜੋ ਥੋੜ੍ਹਾ ਜਿਹਾ ਸਮਾਂ ਹੈ, ਤਕਰੀਬਨ ਦੋ ਘੜੀਆਂ, ਇਹ ਸਤਸੰਗ ਦੇ ਵਿੱਚ ਆਪਾਂ ਜੁੜਨਾ ਹੈ। ਸਤਸੰਗ ਇੱਕ ਐਸੀ ਹੈ
ਇਹ ਸਾਰਿਆਂ ਤੋਂ ਸ੍ਰੇਸ਼ਟ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਪਰ ਇਹਦੇ ਵਿੱਚ ਇੱਕ ਕੰਡੀਸ਼ਨ ਲੱਗ ਗਈ ਕਿ ਕਿਹਨਾਂ ਨੂੰ ਇਹ ਮਿਲਦੀ ਹੈ। ਕਹੁ ਨਾਨਕ ਤਿਸ ਪਿਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਤੁਸੀਂ ਭਾਗਾਂ ਵਾਲੇ ਹੋ ਜਿਹੜੇ ਗੁਰੂ ਚਰਨਾਂ ਵਿੱਚ ਆਏ, ਇੰਨੀ ਰੁਝੇਵਿਆਂ ਭਰਪੂਰ ਜ਼ਿੰਦਗੀ ਹੈ, ਬਿਜ਼ੀ ਲਾਈਫ ਹੈ, ਫਿਰ ਵੀ ਰਹਿਮਤ ਹੋਈ, ਕੋਈ ਪੁਰਬਲਾ ਸੰਚਿਤ ਕਰਮ ਫਲ ਦੇਣ ਵਾਸਤੇ ਤਿਆਰ ਹੋਇਆ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਪਹੁੰਚੇ ਹਾਂ। ਸਤਸੰਗ ਦੇ ਵਿੱਚ ਆ ਕੇ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਨਾਮ ਨਾਲ ਸੁਰਤੀ ਜੁੜਦੀ ਹੈ, ਸਿੱਧਾ ਜਿਹੜਾ ਅੰਤਰੀ ਭਾਵ ਸ਼ਬਦ ਆ ਉਧਾਰਨਾ ਦੇ ਵਿੱਚ ਬੋਲਦਿਆਂ, ਬੋਲਣ ਦੇ ਨਾਲ ਕਈ ਕੋਟਕ ਜੱਗ ਫਲਾ, ਸੁਣ ਗਾਵਣ ਹਾਰੇ ਰਾਮ। ਕਰੋੜਾਂ ਜੱਗਾਂ ਦੇ ਫਲ ਮਿਲਦੇ ਨੇ, ਕਿੱਡੀ ਬਖਸ਼ਿਸ਼ ਸਤਿਗੁਰੂ ਜੀ ਕਰਦੇ ਹਨ। ਸੋ ਆਓ, ਕੱਲ੍ਹ ਆਪਾਂ ਵਿਚਾਰ ਇੱਥੇ ਛੱਡੀ ਸੀ ਕਿ ਗੁਰੂ ਬਖਸ਼ਿਸ਼ਾਂ ਕਰਦੇ ਹਨ, ਦਾਤਾਂ ਦਿੰਦੇ ਹਨ, ਉਹਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਇਨਸਾਨ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਗਲਤਾਨ ਹੋ ਜਾਂਦਾ ਹੈ, ਬਿਜ਼ੀ ਹੋ ਜਾਂਦਾ ਹੈ ਕਿ ਉਹ ਦਾਤਾਰ ਨੂੰ ਹੀ ਭੁੱਲ ਜਾਂਦਾ ਕਿ ਕਿੱਥੋਂ ਦਾਤ ਪ੍ਰਾਪਤ ਹੋਈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਆਪਾਂ ਇੱਕ ਸਾਖੀ ਪ੍ਰਮਾਣ ਲਿਆ ਸੀ ਕਿ ਕਿਵੇਂ ਗੰਗੂ ਗਰੀਬ ਸੀ, ਗੁਰੂ ਦੀ ਬਖਸ਼ਿਸ਼ ਹੋਈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਹਿਮਤ ਹੋਈ, ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਦੇ ਵਿੱਚੋਂ ਇਸ ਨੂੰ ਐਡਾ ਵੱਡਾ ਮੇਵਾ ਮਿਲਿਆ ਕਿ ਜੋ ਵੀ ਇਹਦੀ ਮੰਗ ਸੀ ਉਹ ਪੂਰੀ ਹੋ ਗਈ। ਗੰਗੂ ਤੋਂ ਗੰਗੂ ਸ਼ਾਹ ਬਣ ਗਿਆ ਬਖਸ਼ਿਸ਼ ਪ੍ਰਾਪਤ ਕਰਕੇ। ਪਰ ਜਦੋਂ ਪੇਪਰ ਪਿਆ, ਜਿਵੇਂ ਤੁਸੀਂ ਸੁਣ ਰਹੇ ਸੀ ਕਿ ਉਹ ਪੇਪਰ ਜਿਹੜਾ ਹੁੰਦਾ ਉਹ ਕਸਵੱਟੀ ਹੈ, ਉਸ ਦੇ ਉੱਤੇ ਟਿਕਣਾ ਆਮ ਦੇ ਵੱਸ ਦੀ ਗੱਲ ਨਹੀਂ ਹੁੰਦੀ, ਇਸ ਨੂੰ ਕਸੌਟੀ ਕਿਹਾ ਹੈ। ਅਤੇ ਜਦੋਂ ਉਹ ਗੰਗੂ ਸ਼ਾਹ ਜੀ 'ਤੇ ਕਸਵੱਟੀ ਲੱਗੀ, ਉਹ ਕਸਵੱਟੀ 'ਤੇ ਨਾ ਪੂਰੇ ਉਤਰ ਸਕੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਪ ਹੁੰਦੇ ਮਾਰੇ ਜੀਵੜੇ, ਕਸੌਟੀ ਪਾਪ ਹੁੰਦੇ ਮਾਰੇ ਜੀਵੜੇ, ਮਾਰੇ ਜੀਵੜੇ,
ਰਾਮ ਕਸੋਟੀ ਪਾਸ ਹੰਦੇ ਮਾਰੇ ਜੀਵੜੇ ਸਿੱਖੀ ਪੰਜ ਪ੍ਰਕਾਰ ਦੀ ਹੈ। ਪਹਿਲਾਂ ਜਿਹੜੀ ਤਿੰਨ ਪ੍ਰਕਾਰ ਦੀ ਸਿੱਖੀ ਹੈ, ਦੇਖਾ ਦੇਖੀ ਦੀ, ਭੇਖ ਦੀ, ਹਿਰਸ ਦੀ, ਇਹ ਨਹੀਂ ਨਿਭਦੀ। ਜਿਹੜੀ ਮਰਜ਼ੀ ਵੜਿਆਂ ਦੀ, ਸਿਦਕ ਦੀ, ਇਹ ਸਿੱਖੀ ਪਾਰ ਲੰਘਾਉਂਦੀ ਹੈ, ਕਿਉਂਕਿ ਇਹਦੇ ਵਿੱਚ ਮਰਜ਼ੀ ਵੜਿਆ ਸਿਦਕਵਾਨ ਇਹ ਗੱਲ ਨੂੰ ਪਹਿਲਾਂ ਕਬੂਲਦੇ ਹਨ। ਜਿਹੜੀ ਇਸ ਘਰ ਦੀ ਐਡਮਿਸ਼ਨ ਫੀਸ ਹੈ,
ਜੀਵਨ ਕੀ ਛੱਡ ਓਹੋ ਤਨਾ ਕੀ ਰੇਣ ਕਾ ਹਮਾਰੇ ਉਸ ਗੰਗੂ ਸ਼ਾਹ ਨੇ ਗੁਰੂ ਦੀਆਂ ਬਖਸ਼ਿਸ਼ਾਂ ਪਾ ਕੇ ਧਨ ਦੌਲਤ ਪਾ ਕੇ ਐਸ਼ੋ ਇਸ਼ਰਤ ਦੇ ਵਿੱਚ ਭੁੱਲ ਗਿਆ ਗੁਰੂ ਨੂੰ ਹੀ। ਜਦੋਂ ਗਰੀਬ ਬ੍ਰਾਹਮਣ ਗਿਆ ਗੁਰੂ ਕੋਲੋਂ ਕਿ ਉਸ ਤੋਂ ਇਹ ਮਦਦ ਗੰਗੂ ਸ਼ਾਹ ਤੂੰ ਲੈ ਲਓ, ਉਹਨੇ ਜਵਾਬ ਦੇ ਦਿੱਤਾ ਕਿ ਗੁਰੂ ਦੇ ਖਾਤੇ ਦੇ ਵਿੱਚ ਅਕਾਊਂਟ ਦੇ ਵਿੱਚ ਕੁਝ ਵੀ ਨਹੀਂ। ਹੁਣ ਗੁਰੂ ਜੀ ਕੋਲ ਜਦੋਂ ਬ੍ਰਾਹਮਣ ਆਇਆ, ਗੁਰੂ ਨੇ ਬਖਸ਼ਿਸ਼ ਕੀਤੀ, ਉਸ ਦੀ ਮਦਦ ਕੀਤੀ, ਜੋ ਧਨ ਦੌਲਤ ਦਿੱਤੀ ਬੱਚੀ ਦੇ ਵਿਆਹ ਕਾਰਜ ਵਾਸਤੇ, ਅਤੇ ਹੁਣ ਨਾਲ ਇਹ ਵਚਨ ਵੀ ਹੋ ਗਿਆ ਕਿ ਜੇ ਜਿੱਥੇ ਗੁਰੂ ਦਾ ਖਾਤਾ ਨਹੀਂ, ਗੁਰੂ ਦਾ ਅਕਾਊਂਟ ਨਹੀਂ, ਉੱਥੇ ਫਿਰ ਕੁਝ ਵੀ ਨਹੀਂ। ਕਿਉਂਕਿ ਗੁਰੂ ਦਾ ਜਿਹੜਾ ਅਕਾਊਂਟ ਹੁੰਦਾ, ਖਾਤਾ ਹੁੰਦਾ, ਉਹਦੇ ਵਿੱਚ ਜੇ ਪਾਈਏ ਫਿਰ ਉਹ ਜਿਹੜੇ ਵਿਘਨ ਹੁੰਦੇ ਹਨ ਉਹ ਨਿਕਲ ਜਾਂਦੇ ਹਨ, ਨਹੀਂ ਤਾਂ ਵਿਘਨ ਵਿਨਾਸ਼ਨ। ਇਹ ਵਿਘਨ ਕਿੰਨੇ ਲੱਗਦੇ ਨੇ? ਗੁਰੂ ਦੇ ਨਿਮਿਤ ਭੇਟਾ ਕੀਤੀ, ਪ੍ਰੇਮ ਭੇਟਾ ਵਿਘਨਾਂ ਦਾ ਨਾਸ਼ ਕਰਦੀ ਹੈ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਤੇ ਸਭ ਪਾਵਨ ਜਨ ਨਾਨਕ ਸੁੱਖ ਕਰ ਆਇਆ। ਇਸ ਤਰ੍ਹਾਂ ਦੇ ਨਾਲ ਹੁਣ ਗੰਗੂ ਸ਼ਾਹ ਸੀ ਨਦਰ ਪੁੱਠੀ ਜੇਕਰ ਸੁਲਤਾਨਾ ਘਉ ਕਰਾਏਂਦਾ, ਉਹੀ ਦੀਨ ਦਸ਼ਾ ਪਹਿਲਾਂ ਵਾਲੀ ਆ ਗਈ, ਕਾਰੋਬਾਰ 'ਚ ਵਿਘਨ ਆਏ ਅਤੇ ਫਿਰ ਖੁਸ਼ਹਾਲੀ ਦੀ ਜਗ੍ਹਾ ਕੰਗਾਲੀ ਆਈ। ਉਹ ਗੁਰੂ ਵੱਲ ਨੂੰ ਫਿਰ ਖਿੱਚਿਆ ਜਾਂਦਾ ਹੈ। ਦੁੱਖ ਇੱਕ ਜੰਜੀਰ ਹੈ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ। ਉਹ ਦੁੱਖ ਜਿਹੜਾ ਹੈ, ਦੁੱਖ ਤਦੇ ਜਾਂ ਵਿਸਰ ਜਾਵੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਖਿਨਮੈ ਕੌੜੇ ਹੋਏ ਗੇ ਜਿਤੜੇ ਮਾਇਆ ਭੋਗ। ਹੁਣ ਇਹ ਮਾਇਆਵੀ ਭੋਗਾਂ 'ਚੋਂ ਸੁੱਖ ਕਿੱਥੇ ਮਿਲਣਾ ਸੀ? ਇਹ ਤਾਂ ਦੁੱਖ ਦਿੰਦੇ ਨੇ। ਵੱਡਾ ਹੋਆ ਦੁਨੀ ਤਾਰ ਗਲ ਕਤ ਅਗੇ ਕਰਨੀ ਕਿਰਤ ਵਾਤੀ ਐ ਮੈਂ ਲਿਖਾ ਕਰ ਸਮਝ ਤਾਂ ਨਾ ਹੋਈ ਪਾਉਂਦੇ ਹੁਣ ਮਨ ਅੰਦੇ ਜਨਮ ਗਵਾਇਆ ਮਨ ਅੰਦੇ ਜਨਮ ਗਵਾ ਹੁਣ ਫੇਰ ਗੁਰੂ ਚਰਨਾਂ 'ਚ ਆਇਆ, ਰੋ ਰੋ ਬੇਨਤੀਆਂ ਕਰਦਾ, ਪਾਤਸ਼ਾਹ ਤੇਰੀ ਇਹ ਮਾਇਆ, ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਉ ਦੂਜਾ ਲਾਇਆ, ਇਹਨੇ ਭੁਲਾ ਦਿੱਤਾ, ਹੁਣ ਕਿਰਪਾ ਕਰੋ ਬਖਸ਼ ਲਿਓ। ਅਤੇ ਐਸੀਆਂ ਬੇਨਤੀਆਂ ਕਰਦਾ ਹੈ
ਕਿਉਂਕਿ ਸਤਿਗੁਰ ਦੇ ਦਰ 'ਤੇ ਆ ਕੇ ਇਨਸਾਨ ਭੁੱਲਿਆ ਹੋਇਆ ਭਟਕਿਆ ਹੋਇਆ ਜਦੋਂ ਇਸ ਦਰ 'ਤੇ ਆ ਜਾਂਦਾ ਹੈ, ਫਿਰ ਇੱਥੇ ਇਹ ਹੈ ਗਰੀਬ ਨਿਵਾਸ, ਇਹ ਸਾਡੇ ਔਗਣ ਨਹੀਂ ਚਿਤਾਰਦਾ, ਔਗਣ ਕੋ ਨਾ ਚਿਤਾਰਦਾ, ਹਰ ਪਿਤਾ ਸਭਨਾ ਗੱਲਾਂ ਲਾਇਕ। ਜੇ ਇਹ ਹੋਵੇ ਤਾਂ ਅਸੀਂ ਬਖਸ਼ੇ ਹੀ ਨਹੀਂ ਜਾ ਸਕਦੇ, ਕਿਉਂਕਿ ਭੁੱਲਣ ਅੰਦਰ ਸਭ ਕੋ, ਸਾਰੇ ਹੀ ਭੁੱਲਦੇ ਨੇ। ਅਭੁੱਲ ਗੁਰੂ ਕਰਤਾਰ, ਗੁਰੂ ਪਾਤਸ਼ਾਹ ਜੀ ਮਹਾਰਾਜ ਸਾਡਾ ਇਹ ਨਹੀਂ ਵੇਖਦੇ, ਔਗਣ ਨਹੀਂ ਵੇਖਦੇ। ਉਹ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ। ਇਹ ਤਾਂ ਇੱਥੇ ਹਿਸਾਬ ਕਿਤਾਬ ਨਹੀਂ ਹੁੰਦਾ, ਜੇ ਹਿਸਾਬ ਕਿਤਾਬ ਹੋਣ ਲੱਗ ਜਾਵੇ ਫਿਰ ਤਾਂ ਅਸੀਂ, ਸਾਡਾ ਛੁਟਕਾਰਾ ਹੀ ਨਹੀਂ ਹੋ ਸਕਦਾ, ਅਸੀਂ ਤਾਂ ਭੁੱਲਦੇ ਹਾਂ, ਭੁੱਲਦੇ ਹੀ ਚਲੇ ਜਾਂਦੇ ਹਾਂ। ਕਿੰਨੀ ਭੁੱਲ ਪੈ ਜਾਂਦੀ ਹੈ, ਵਿੱਚੋਂ ਗਰਭੇ ਨਿਕਲ ਆਇਆ ਖਸਮ ਬਸਾਰ ਦੁਨੀ ਚਿੱਤ ਲਾਇਆ, ਇਹ ਦੁਨੀਆਂ ਦੇ ਪਿੱਛੇ ਲੱਗ ਕੇ ਕਬੀਰ ਆ ਜਿਹੜਾ ਦੀਨ ਗਵਾਇਆ, ਦੁਨੀ ਸਿਉਂ ਦੁਨੀ ਨਾ ਚਾਲੀ ਸਾਥ, ਭਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ, ਅਤੇ ਦੁਨੀਆ ਵੀ ਨਾਨਕ ਦੁਨੀਆ ਕੈਸੀ ਹੋਈ, ਸਾਲ ਕਮਿਤ ਨ ਰਹੋ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਿਵੇਂ ਭੁੱਲਦੇ ਜਾਂਦੇ ਹਾਂ, ਦਿਨ ਰਾਤ ਸਾਨੂੰ ਅਲਾਂਬੇ ਵੀ ਆਉਂਦੇ ਹਨ ਗੁਰੂ ਘਰ ਤੋਂ। ਗੁਰਬਾਣੀ ਕੀ ਕਹਿ ਰਹੀ ਹੈ, ਸੌ ਅਲਾਂਬੇ ਦਿਨੇ ਕੇ ਰਾਤੀ ਮਿਲੇ ਸਹੰਸ। ਦਿਨ 'ਚ ਤਾਂ ਚਲੋ ਸੌ ਕੀ ਅਲਾਂਬਾ, ਕਿਉਂਕਿ ਰਹਿਣ ਗਵਾਈ ਸੋਏ ਕੇ, ਦਿਨ ਗਵਾਇਆ ਖਾਏ ਹੀਰੇ ਜੈਸਾ ਜਨਮ ਕੌਡੀ ਬਦਲੇ ਜਾਏ, ਰਾਤ ਨੂੰ ਸਹੰਸ। ਹਜ਼ਾਰਾਂ ਅਲਾਂਬੇ ਆਉਂਦੇ ਹਨ, ਕਿਉਂ ਆਉਂਦੇ ਨੇ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਜਿਵੇਂ ਹੰਸ ਦਾ ਕੰਮ ਸੀ ਹੀਰੇ ਮੋਤੀ ਚੁਗਣਾ, ਬੈਠ ਗਿਆ ਕਰੰਗਾਂ 'ਤੇ, ਫਿੱਟ ਅਵੇਹਾਂ ਜੀਵਿਆ ਜਿੱਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਬਹੁ ਦੁਸ਼ਮਣ ਹੇਤ। ਇਸ ਤਰ੍ਹਾਂ ਅਲਾਂਬੇ ਆਉਂਦੇ ਹਨ, ਪਰ ਇਨਸਾਨ ਸਮਝਦਾ ਨਹੀਂ, ਜਦੋਂ ਦੁੱਖ ਪੈਂਦਾ ਉਦੋਂ ਪਤਾ ਲੱਗਦਾ। ਹੁਣ ਗੰਗੂ ਸ਼ਾਹ ਜੀ ਗੁਰੂ ਚਰਨਾਂ 'ਚ ਆਉਂਦੇ ਹਨ, ਗੁਰੂ ਚਰਨਾਂ 'ਤੇ ਆ ਕੇ ਬੇਨਤੀਆਂ ਕਰਦੇ ਨੇ ਕਿ ਮਹਾਰਾਜ ਜੀ ਅਸੀਂ ਭੁੱਲਣ ਹਾਰਾਂ, ਕਿਰਪਾ ਕਰੋ, ਬਖਸ਼ ਲਿਓ ਮਹਾਰਾਜ ਜੀ ਹਮੇ ਅਪਰਾਧੀ, ਬਖਸ਼ ਲਿਓ ਮਹਾਰਾਜ ਅਪਰਾਧੀ।
ਕਦੇ ਨਾ ਛੁੱਟੀਐ ਖਿਨ ਖਿਨ ਭੁੱਲਣਾ ਬਖਸ਼ਣ ਹਾਰ ਬਖਸ਼ ਲੈ ਹੁਣ ਇਸ ਤਰ੍ਹਾਂ ਬੇਨਤੀਆਂ ਕਰਦਾ ਗੁਰੂ ਫਿਰ ਬਖਸ਼ਿਸ਼ ਕਰ ਦਿੰਦੇ ਨੇ ਕਹਿਣ ਲੱਗੇ ਗੰਗੂ ਇਹਦਾ ਇਲਾਜ ਹੀ ਸੇਵਾ ਹੈ ਅਤੇ ਜੇ ਤੂੰ ਬਖਸ਼ਿਸ਼ ਲੈਣੀ ਹੈ ਇਹ ਸੇਵਾ ਤੋਂ ਹੀ ਮਿਲਣੀ ਹੈ ਚਾਰ ਪਦਾਰਥ ਮਿਲਦੇ ਨੇ ਸੰਗਤ ਦੀ ਸੇਵਾ ਚਾਰ ਪਦਾਰਥ ਮਿਲਦੇ ਨੇ ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਸਤਿਗੁਰ ਕੇ ਵਸ ਚਾਰ ਪਦਾਰਥ ਤੀਨ ਸਮਾਏ ਇਹ ਕਿਰਤਾਰਥ ਇਹ ਸੇਵਾ ਤੋਂ ਇਹ ਸਾਰੇ ਹੀ ਦੀਨ ਦੁਨੀਆ ਦੇ ਚਾਰੇ ਪਦਾਰਥ ਮਿਲ ਜਾਂਦੇ ਹਨ ਵਿਚਾਰ ਕੇ ਵੇਖੋ ਕਬੀਰ ਤੀਰਥ ਕੀ ਏਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ ਜਿੱਤੜੇ ਫਲ ਮਨ ਵਾਂਛੀ ਹੈ ਤਿੱਤੜੇ ਸਤਿਗੁਰ ਪਾਸ ਹੁਣ ਸੇਵਾ ਫਿਰ ਲੱਗ ਗਿਆ ਸੇਵਾ ਬਖਸ਼ ਦਿੱਤੀ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ ਸਤਿਗੁਰੂ ਜੀ ਦੀ ਖੁਸ਼ੀ ਹੋਈ ਹੁਣ ਖੁਸ਼ੀਆਂ ਸਤਿਗੁਰੂ ਜੀ ਦੇ ਦਰ ਤੋਂ ਮਿਲਦੀਆਂ ਹਨ ਇੱਕ ਨਹੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਹੁਣ ਸੇਵਾ ਕਰਦਾ ਹੈ ਪਰ ਹੁਣ ਮੰਗ ਕੋਈ ਨਹੀਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਨਿਸ਼ਕਾਮ ਸੇਵਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕੀਤੀ ਸੇਵਾ ਤੋਂ ਫਿਰ ਸਤਿਗੁਰੂ ਪ੍ਰਸੰਨ ਹੋ ਗਏ ਕਹਿੰਦੇ ਮੰਗ ਪਿਆਰਿਆ ਜੋ ਤੇਰੀ ਮੰਗ ਕਹਿੰਦੇ ਹੁਣ ਕੀ ਮੰਗਣਾ ਪਾਤਸ਼ਾਹ ਅੱਗੇ ਮੰਗ ਲਈ ਦੁਨੀਆ
ਦੀਨ ਭੁਲਾ ਦਿੱਤਾ, ਇੱਥੋਂ ਤੱਕ ਤੈਨੂੰ ਹੀ ਭੁੱਲ ਗਿਆ। ਹੁਣ ਨਹੀਂ ਮਹਾਰਾਜ, ਜੇ ਤੁਸੀਂ ਤਰੁੱਠੇ ਹੋ ਤਾਂ ਇਹ ਬਖਸ਼ਿਸ਼ ਕਰ ਦਿਓ। ਉਧਰੇ ਮਨ ਕੀ ਭੁੱਖ ਦੇ ਦੇ ਨਾਮ ਸੁਣ ਦੁਖੀਆਂ ਲੱਗਿਆ ਪਾਤਸ਼ਾਹ ਜੀ, ਤਰੁੱਠੇ ਹੋ ਤਾਂ ਇਹ ਬਖਸ਼ਿਸ਼ ਕਰ ਦਿਓ। ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਹਿਣ ਲੱਗੇ ਪਿਆਰਿਆ ਤੇਰੇ ਘਰ ਇਹ ਦੋਵੇਂ ਰਹਿਣਗੀਆਂ, ਨਹੀਂ ਤਾਂ ਵੇਖਿਆ ਹੈ ਜੇ ਦੁਨੀਆ ਹੋਵੇ ਦੀਨ ਨਹੀਂ ਰਹਿੰਦਾ, ਜੇ ਦੀਨ ਹੈ ਤਾਂ ਦੁਨੀਆ ਨਹੀਂ, ਕਿਉਂਕਿ ਮਾਇਆ ਜੋ ਹੈ ਇਹ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਪਰ ਗੁਰੂ ਕਿੱਡੀ ਬਖਸ਼ਿਸ਼ ਕਰਦੇ ਹਨ, ਆਪਣੇ ਸਿੱਖ ਨੂੰ ਇਹ ਬਖਸ਼ਿਸ਼ਾਂ ਕਰ ਦਿੰਦੇ ਹਨ। ਅੱਜ ਉਸ ਗੰਗੂ ਸ਼ਾਹ ਜੀ ਨੂੰ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ, ਜਿਹੜੀਆਂ ਗੁਰਸਿੱਖੀ ਦੇ ਪ੍ਰਚਾਰ ਵਾਸਤੇ 22 ਮੰਜੀਆਂ ਸਥਾਪਨ ਹੋਈਆਂ, ਉਹਨਾਂ ਦੇ ਵਿੱਚੋਂ ਇੱਕ ਹਿੱਸੇ ਇਹਨਾਂ ਦੇ ਆਈ ਅਤੇ ਇਹ ਪ੍ਰਚਾਰ ਵਾਸਤੇ ਪਹਾੜ ਦੇ ਇਲਾਕੇ ਸ਼ਿਵਾਲਿਕ ਦੀਆਂ ਪਹਾੜੀਆਂ ਹਰੀਪੁਰ ਉੱਧਰਲੇ ਇਲਾਕੇ 'ਚ ਪ੍ਰਚਾਰ ਕੀਤਾ। ਸਿੱਖੀ ਦਾ ਰਹਿਮਤ ਹੋ ਗਈ, ਕਹਿਣ ਤੋਂ ਭਾਵ ਕਿ ਇਹ ਸਿੱਖੀ ਜੋ ਹੈ ਇਹ ਹੈ ਬਹੁਤ ਹੀ ਤਿੱਖੀ ਹੈ, ਵਾਲੋਂ ਨਿੱਕੀ, ਕਿੰਨਾ ਇਹਦੀ ਖੰਨਿਓ ਤਿੱਖੀ, ਵਾਲੋਂ ਨਿੱਕੀ, ਇਹ ਤਮਾਰਕ ਜਾਣਾ। ਸੋ ਸਤਿਗੁਰੂ ਜੀ ਦੇ ਚਰਨਾਂ 'ਚ ਆ ਕੇ ਜੋ ਸਾਡੀ ਮੰਗ ਹੈ ਉਹ ਅਸੀਂ ਇਹੀ ਮੰਗੀਏ, ਕਿਉਂਕਿ ਇਹ ਹੈ ਵੀ ਇੱਥੇ ਨਾਨਕ ਕੇ ਕਰ ਕੇਵਲ ਨਾਮ, ਨਾਮ ਦੇ ਨਾਲ ਜੁੜੀਏ, ਨਾਮ ਦੇ ਵਿੱਚ ਸ਼ਾਂਤੀ ਹੈ, ਬਾਕੀ ਤਾਂ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀਂ ਵਸੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਇੱਥੇ ਕਿੰਨਾ ਕੁਝ ਦੇਖਦੇ ਹੋ ਤੁਸੀਂ, ਪਰ ਇਹਦੇ ਨਾਲ ਸ਼ਾਂਤੀ ਨਹੀਂ। ਸ਼ਾਂਤੀ ਕਿੱਥੇ ਹੈ? ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਧ ਮਨ ਧੀਰੇ।
ਨਾਮ ਦੇ ਵਿੱਚ ਸਥਿਤੀ ਹੋ ਜਾਵੇ। ਨਾਮ ਸਾਡੇ ਸਾਰਿਆਂ ਦੇ ਅੰਦਰ ਇਹਦੇ ਵਾਸਤੇ ਲੋੜ ਪੈਂਦੀ ਹੈ ਕਿ ਗੁਰੂ ਤੋਂ ਮੰਤਰ ਲਓ, ਮੰਤਰ ਦੀ ਫਿਰ ਕਰੋ ਕਮਾਈ। ਸਾਡੇ ਇਸ ਘਰ ਦਾ ਜੋ ਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ। ਇਹ ਮੰਤਰ ਕਰਦਾ ਕੀ ਹੈ, ਜਪ ਹੋਮੇ ਖੋਈ ਸਾਰੇ ਦੁੱਖਾਂ ਦਾ, ਸਾਰੇ ਹੀ ਰੋਗਾਂ ਦਾ ਇਲਾਜ ਹੀ ਇਹ ਮੰਤਰ ਹੈ। ਤੇਰੇ ਸਾਰਿਆਂ ਦੁੱਖਾਂ ਦੀ ਦਾਰੂ ਨਾਮ ਵਾਹਿਗੁਰੂ ਦੀ ਦਾਰੂ, ਸਾਹ ਲਿਆ ਜਾ ਸਕਦਾ ਹੈ ਲੈਣ ਦਾ ਯਤਨ ਕਰੋ। ਇਸ ਵਾਸਤੇ ਅੰਮ੍ਰਿਤ ਵੇਲੇ ਉੱਠੋ, ਖਾਲੀ ਪੇਟ ਹੈ, ਦਿਮਾਗ ਦੇ ਉੱਤੇ ਕੋਈ ਭਾਰ ਨਹੀਂ, ਉਸ ਸਮੇਂ ਸਿੱਧੇ ਬੈਠ ਕੇ ਆਸਣ ਗ੍ਰਹਿਣ ਕਰਕੇ ਸਾਹ ਨੂੰ ਵਾਸ ਕਰੋ। ਖੁੱਲ੍ਹੀ ਹਵਾ ਹੋਵੇ ਬਹੁਤ ਠੀਕ ਹੈ। ਘਰ ਦੇ ਵਿੱਚ ਬੈਠ ਕੇ ਇੱਕ ਕਮਰਾ ਜ਼ਰੂਰ ਰੱਖੋ ਮੈਡੀਟੇਸ਼ਨ ਰੂਮ। ਮੈਡੀਟੇਸ਼ਨ ਹੀ ਮੈਡੀਸਨ ਹੈ, ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ ਇਲਾਜ ਹੀ ਇਹੀ ਹੈ। ਹੁਣ ਡੂੰਘਾ ਸਾਹ ਲਿਆ, ਆਕਸੀਜਨ ਅੰਦਰ ਗਈ। ਹੁਣ ਜਦੋਂ ਸਾਹ ਛੱਡਣਾ ਹੈ
ਸਾਹ ਪੂਰਾ ਭਰ ਕੇ ਲਓ। ਜਦੋਂ ਸਾਹ ਪੂਰਾ ਲੈਂਦੇ ਹਾਂ, ਪੇਟ ਪੂਰਾ ਭਰ ਗਿਆ, ਬਾਹਰ ਨੂੰ ਆ ਗਿਆ, ਅੰਦਰ ਸ਼ੁੱਧ ਹਵਾ ਪ੍ਰਾਣ ਵਾਯੂ ਗਈ, ਇਹ ਅੰਦਰ ਸੁਣੋ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਅਤੇ ਜਦੋਂ ਹੁਣ ਛੱਡਣਾ ਹੈ, ਸਾਹ ਪੂਰਾ ਛੱਡੋ, ਖਾਲੀ ਪੇਟ ਇਹ ਅਭਿਆਸ ਸਵਾਸ ਦਾ ਅਭਿਆਸ ਕਰਨ ਦਾ ਬਹੁਤ ਹੀ ਲਾਭ ਹੁੰਦਾ ਹੈ। ਅਤੇ ਜਦੋਂ ਛੱਡਣਾ ਹੈ, ਫਿਰ ਇਸ ਅੰਦਰ ਹੀ ਅੰਦਰ ਇਹ ਸੁਣਨਾ ਹੈ, ਜ਼ਰੂਰ ਹੀ ਰੈਗੂਲਰ ਰੋਜ਼ ਨੇਮ ਨਾਲ ਕਰਾਂਗੇ, ਸਾਡੇ ਸਾਰੇ ਦੁੱਖ ਰੋਗ ਦੂਰ ਹੋ ਜਾਣਗੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬੰਨਾ, ਫਿਰ ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ ਰਹੇਗਾ। ਦੁੱਖ ਤਾਂ ਦੁੱਖ ਹੀ ਹੁੰਦਾ ਹੈ, ਇਹ ਤਾਂ ਜਿਸ ਨੂੰ ਲੱਗਦਾ ਉਹਨੂੰ ਪਤਾ, ਦੂਜੇ ਵਾਸਤੇ ਨਹੀਂ। ਇਹ ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਤਾਂ ਰੋਗ ਬਣਦੇ ਨੇ ਅਤੇ ਦੁੱਖ ਦਵਾਈ ਹੈ। ਦੁੱਖ ਪਰਮੇਸ਼ਰ ਨੂੰ ਯਾਦ ਕਰਾਉਂਦਾ ਹੈ, ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਈ, ਸੁੱਖ ਮੈਂ ਸਿਮਰਨ ਜੇ ਕਰੇ ਦੁੱਖ ਕਾਹੇ ਕੋ ਹੋਏ। ਸਿਮਰਨ ਕਹਿੰਦੇ ਹਨ ਯਾਦ ਨੂੰ, ਧਿਆਉਣਾ ਧਿਆਨ 'ਚ ਪੈਣਾ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਧਿਆਨ 'ਚ ਬੈਠੋ, ਇਸ ਤਰ੍ਹਾਂ ਦੇ ਨਾਲ ਅਭਿਆਸ ਕਰੋ। ਵੈਖਰੀ ਬਾਣੀ 'ਚ ਬੋਲ ਕੇ ਆਪਾਂ ਹੁਣ ਕਰਿਆ, ਬੋਲ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੰਨਾ ਅਭਿਆਸ ਹੋ ਜਾਵੇ, ਕੰਠ 'ਚ ਹੋਣਾ ਸ਼ੁਰੂ ਹੋ ਜਾਵੇ, ਜੀਵਨੀ ਹਿਲਦੀ ਹਿਰਦੇ 'ਚ ਹੋਵੇ, ਬਿਨ ਜੀਵਾ ਜੋ ਜਪੇ ਹਿਆਏ ਕੋਈ ਜਾਣੈ ਕੈਸਾ ਨਾਉ। ਫਿਰ ਅੱਗੇ ਇਸ ਤੋਂ ਪਰਾ ਬਾਣੀ ਹੈ, ਨਾਭੀ 'ਤੇ ਜ਼ੋਰ ਦਿੱਤਾ ਜਾਂਦਾ, ਜਿਵੇਂ ਸਵਾਸ ਡੂੰਘਾ ਲੈ ਕੇ ਛੱਡਿਆ ਜਾਂਦਾ। ਫਿਰ ਇੱਥੇ ਸੁਰਤ ਪ੍ਰਾਣਾਂ ਦੀ ਮਦਦ ਦੇ ਨਾਲ ਉੱਚੀ ਚੁੱਕ ਕੇ ਸ਼ਬਦ ਦੇ ਨਾਲ ਜੋੜਨੀ ਹੈ। ਸ਼ਬਦ ਹੈ ਧੁਨ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸੋ ਇਸ ਤਰ੍ਹਾਂ ਦੇ ਨਾਲ ਇਹ ਰਸਤਾ ਖੁੱਲ੍ਹਦਾ ਚਲਾ ਜਾਂਦਾ, ਕਿਉਂਕਿ ਕਲਯੁੱਗ ਨਾਨਕ ਨਾਮ ਸਖਾਲਾ, ਬਹੁਤ ਹੀ ਸਖਾਲਾ ਨਾਮ ਮਾਰਗ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜੁਗਤ ਵੀ ਦੱਸ ਦਿੱਤੀ ਕਿ ਕਿਵੇਂ ਪਾਰ ਲੱਗਦੇ ਹਾਂ। ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨੈ ਸੈਣੇ, ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ।
ਸੁਰਤ ਨੂੰ ਸ਼ਬਦ ਨਾਲ ਜੋੜਨਾ, ਪ੍ਰਾਣ ਦੀ ਮਦਦ ਲੈਣੀ, ਇਹ ਠੀਕ ਹੈ। ਤੁਸੀਂ ਜੋ ਵੀ ਕਰਦੇ ਹੋ ਤੁਹਾਡੇ ਇਹ ਪ੍ਰਲਬਧ ਅਨੁਸਾਰ ਹੋ ਰਿਹਾ ਹੈ, ਮਿਲ ਰਿਹਾ ਹੈ। ਪਰ ਨਾਲ ਫਾਰਮੂਲਾ ਅਪਲਾਈ ਕਰ ਲਓ, ਜੁਗਤ ਪਤਾ ਲੱਗ ਗਿਆ, ਫਿਰ ਸਭ ਕੁਝ ਹੀ ਠੀਕ ਹੈ। ਨਾਨਕ ਸਤਿਗੁਰੂ ਪੂਰਾ ਭੇਟੀ ਹੈ, ਪੂਰੀ ਹੋਵੇ ਜੁਗਤ। ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਫਿਰ ਤਾਂ ਇੱਥੋਂ ਤੱਕ ਅਵਸਥਾ। ਧੰਨ 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 ਕਹਿ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰੈ, ਨਾਨਕ ਤਾਂ ਕੇ ਸਦ ਵਲਿਹਾਰੈ। ਇੱਥੇ ਆ ਕੇ ਤਾਂ ਫਿਰ ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ 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 ਜਨ ਆਇਆ, ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੇ ਸੰਗ ਚਿਤੇ ਆਵੇ ਨਾਉ। ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਫਿਰ ਤਾਂ ਕਹਿੰਦੇ ਇੱਥੇ ਜਾ ਕੇ ਮੁਕਤ ਅਵਸਥਾ, ਇੱਥੇ ਜਾ ਕੇ ਸਾਰੇ ਹੀ ਦੁੱਖ ਮੁੱਕ ਜਾਂਦੇ ਹਨ। ਸੋ ਪਿਆਰਿਓ, ਜ਼ਰੂਰ ਇਹ ਯਤਨ ਕਰੋ। ਕੋਈ ਐਸਾ ਨਹੀਂ ਕਿ ਜਿਹਦੇ ਕੋਲ ਨਹੀਂ, ਹਰ ਔਖਦ ਸਭ ਘੱਟ ਹੈ ਭਾਈ, ਸਾਰੇ ਸਰੀਰਾਂ ਵਿੱਚ ਇਹ ਪਈ ਹੈ ਨਾਮ ਦੀ ਦਵਾਈ। ਪਰ ਗੁਰਪੂਰੇ ਬਿਨ ਵਿਦ ਨਾ ਬਣਾਈ, ਉਹ ਵਿਧੀ ਜੁਗਤ ਨਹੀਂ ਪਤਾ ਲੱਗੀ, ਇਸ ਕਰਕੇ ਅਸੀਂ ਨਹੀਂ ਇਸ ਪਾਸੇ ਵੱਲ ਗਏ। ਗੁਰਪੂਰੇ ਸੰਜਮ ਕਰ ਦਈਆ, ਉਹਨਾਂ ਨੇ ਦੱਸ ਦਿੱਤਾ ਕਿ ਤੂੰ ਸੰਜਮ 'ਚ ਰਹਿ, ਜਪ ਤਪ ਸੰਜਮ ਭਿਖਿਆ ਕਰੇ। ਸੋ ਗ੍ਰਹੀ ਜੋ ਨਿਗ੍ਰਹਿ ਕਰੇ, ਨਿਗ੍ਰਹਿ ਹੁੰਦੀ ਡਿਟੈਚਮੈਂਟ, ਕਿ ਸਭ ਕੁਝ ਕਰਦੇ ਹੋਏ। ਗ੍ਰਸਤ ਇਹ ਨਹੀਂ ਕਿ ਤਿਆਗ ਦਾ ਮਾਰਗ ਹੈ, ਇਹ ਤਾਂ ਉਦਾਸ ਦਾ ਮਾਰਗ ਹੈ। ਇਹਦੇ ਵਿੱਚ ਸਭ ਕੁਝ ਕਰਦੇ ਹੋਏ ਤੁਸੀਂ ਇਹ ਜੁਗਤ ਅਨੁਸਾਰ ਕਰਨਾ, ਇਹ ਗੁਰਮੰਤਰ ਦਾ ਅਭਿਆਸ ਕਰੋ, ਫਿਰ ਇਹ ਰਿਜ਼ਲਟ ਨਤੀਜਾ ਤੁਹਾਨੂੰ ਆਪੇ ਨੈੱਟ ਰਿਜ਼ਲਟ ਮਿਲ ਜਾਂਦਾ ਹੈ। ਉਸ ਮੰਜ਼ਲੇ ਮਕਸੂਦ ਬੈਕ ਟੂ ਸੋਰਸ ਉੱਥੇ ਪਹੁੰਚ ਜਾਂਦੇ ਹਾਂ, ਅਤੇ ਆਹ ਲੋਕ ਸੁਖੀ ਵੀ ਹੋ ਜਾਂਦੇ ਹਾਂ। ਲੋਕਾਂ 'ਚ ਜਦੋਂ ਇਸ ਵਿਚਰਦੇ ਹਾਂ ਕਿ ਇੱਥੇ ਸੁੱਖ ਮਿਲਦਾ ਹੈ, ਅਤੇ ਅੱਗੇ ਵੀ ਕੀ ਮਿਲਦਾ ਹੈ, ਲੋਕ ਸੁਖੀ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੈਨੀਆਂ ਬੇਨਤੀਆਂ ਕਰੋ ਜੀ, ਪ੍ਰਵਾਨ ਹੋਈਆਂ ਭੁੱਲਾਂ ਮੁਆਫ ਕਰਨੀਆਂ। ਤੁਹਾਡਾ ਸਮਾਂ ਬਹੁਤ ਕੀਮਤੀ ਹੈ। ਧੰਨ ਹਨ ਜਿਹੜੇ ਗੁਰੂ ਚਰਨਾਂ 'ਚ ਪਹੁੰਚਦੇ ਹਨ, ਭਾਗਾਂ ਵਾਲੇ ਹਨ ਜਿਨ੍ਹਾਂ ਨੇ ਇੰਨਾ ਪਿਆਰ ਦਾ ਸਬੂਤ ਦਿੱਤਾ, ਗੁਰੂ ਚਰਨਾਂ 'ਚ ਬੈਠ ਕੇ ਇਹ ਵਿਚਾਰਾਂ ਦਾ ਆਨੰਦ ਮਾਣਿਆ। ਪ੍ਰਬੰਧਕਾਂ ਦਾ ਧੰਨਵਾਦ, ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਜਿਨ੍ਹਾਂ ਨੇ ਸਮਾਂ ਦਾਨ ਕੀਤਾ। ਦਾਨ ਜੇ ਸਮੇਂ ਦਾ ਵੀ ਕਰ ਦਈਏ, ਇਹਦੇ ਨਾਲ ਸਮਾਧਾਨ ਕਿੰਨੇ ਸ਼ੰਕੇ ਹਨ ਜਿਹੜੇ ਦੂਰ ਹੋ ਜਾਂਦੇ ਨੇ। ਸੋ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਬੇਨਤੀਆਂ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਜਾਣ ਮੁਆਫ ਕਰੋ। ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲ ਸਕੇ, ਉਹ ਆਨੰਦ ਸਾਹਿਬ ਦੇ ਵਿੱਚ ਬੋਲ ਕੇ ਆਪਣੀ ਰਸਨਾ ਜ਼ਰੂਰ ਹੀ ਪਵਿੱਤਰ ਕਰਨ ਦੀ ਕ
ਕੋਸ਼ਿਸ਼ ਕਰੋ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਗੁਰੂ ਨੇ ਪਾਇਆ ਸਤਿਗੁਰ ਧਾਮ ਕਰਤਾ ਤੇਰੇ ਸਭ ਕੁਛ ਹੈ ਦੇਹੇ ਤੋ ਪਾਵੇ ਓ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰ ਬੇਟੋ ਤੁਸੀਂ ਇਹ ਹਟਿਆਈਆਂ ਨਾਮ ਮੇਰਾ ਆਧਾਰ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਤਾਰਿਆਂ ਦੁਰ ਕਰਮ ਪਾਇਆ ਤੁਧ ਦਿਨ ਕੋਸੇ ਨਾਮ ਹਰ ਕੇ ਲਾਗੇ ਹੈ ਨਾਨਕ ਤੈ ਸੁਖੋ ਆਨੰਦ ਸੁਣੋ ਵਟ ਭਾਗਿਓ ਸਗਲ ਮਨੋਰਥ ਪੂਰੇ ਓ ਦੁੱਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੁਣ ਦੇ ਪਨਿਤ ਕਹੇ ਤੇ ਪਵਿੱਤ ਰਿਹਾ ਪਰ ਪੂਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਚੰਗਿਆਈਆਂ ਬੁਰੇ ਆਈਆਂ ਵਾਜੇ ਧਰਮ ਹਤੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।